ਕਹਿੰਦਾ ਪਾਸਟਰ ਅਨੰਦਪੁਰ ਨਰੂਲਾ ਉਹ ਕਹਿੰਦਾ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਵਾਂਗੇ ਧਰਨੇ ਲਾਉਣੇ ਅਸੀਂ ਅਮਰੀਕਾ ਦਾ ਰਾਸ਼ਟਰਪਤੀ ਪਹਿਲੀ ਗੱਲ ਤੇ ਵਿਹਲਾ ਨਹੀਂ ਤੁਹਾਡੀਆਂ ਗੱਲਾਂ ਸੁਣਨ ਨੂੰ ਦੂਜੀ ਗੱਲ ਇਹ ਹੈ ਅਮਰੀਕਾ ਦੇ ਵਿੱਚ ਜੀਸੂ ਮਸੀਹ ਤੇ ਫਿਲਮਾਂ ਬਣੀਆਂ ਨੇ ਐਸੀਆਂ ਫਿਲਮਾਂ ਜਿਹੜਾ ਅਸੀਂ ਜ਼ਿਕਰ ਨਹੀਂ ਕਰ ਸਕਦੇ ਇੰਨਾ ਸਤਿਕਾਰ ਅਸੀਂ ਕਰਦੇ ਹਾਂ ਵੀ ਸਾਡੇ ਕੋਲ ਜ਼ਿਕਰ ਨਹੀਂ ਹੁੰਦਾ ਅਮਰੀਕਾ ਦੇ ਰਾਸ਼ਟਰਪਤੀ ਨੇ ਉੱਥੇ ਨੋਟਿਸ ਨਾ ਲਿਆ ਹਿੰਦੁਸਤਾਨ ਦੇ ਹਰ ਕੋਨੇ 'ਚ ਇਸਾਈਆਂ ਨੂੰ ਕੁੱਟ ਪਈ ਹੈ ਇਹਨਾਂ ਨੇ ਕਦੇ ਧਰਨਾ ਲਾਇਆ ਬਾਹਰ ਜਾ ਕੇ ਨਹੀਂ ਲਾਇਆ ਪੰਜਾਬ ਦੇ ਵਿੱਚ ਕਿਸੇ ਨੂੰ ਮਾੜਾ ਨਹੀਂ ਕਿਹਾ ਸਿਰਫ ਇਹ ਗੱਲ ਕਿਹਾ ਵੀ ਜਿਹੜੇ ਤੁਸੀਂ ਖੁੱਲ੍ਹੇ ਛੱਡੇ ਆ ਜਿਨ੍ਹਾਂ ਨੂੰ ਲਗਾਮ ਕੋਈ ਨਹੀਂ ਇਹ ਸਾਡੇ ਘਰਾਂ ਦੇ ਕੁੰਡੇ ਖੜਕਾਉਣੇ ਬੰਦ ਕਰ ਦੇਣਾ ਕੁੰਡੇ ਖੜਕਾ ਕੇ ਪੁੱਛਣਾ ਬੰਦ ਕਰ ਦੇਣ ਸਾਨੂੰ ਵੀ ਤੁਹਾਨੂੰ ਤੁਹਾਡੇ ਗੁਰੂ ਨੇ ਕੀ ਦਿੱਤਾ ਹੈ ਗੁਰੂ ਸਾਡੇ ਨੇ ਤੇਗ ਦਿੱਤੀ ਹੈ ਗੁਰੂ ਸਾਡੇ ਨੇ ਸ਼ਸਤਰ ਦਿੱਤੇ ਹੈ ਬਾਣੀ ਦਿੱਤੀ ਹੈ ਗੁਰੂ ਸਾਡੇ ਨੇ ਧੀਆਂ ਪੁੱਤ ਆਪਣੇ ਕੁਰਬਾਨ ਕਰ ਦਿੱਤੇ ਆ ਆਪਾ ਵਾਰ ਦਿੱਤਾ ਹੈ ਇਸ ਧਰਤੀ ਦੇ ਉੱਤੇ ਇਹ ਸਾਨੂੰ ਕੋਈ ਆਣ ਕੇ ਪੁੱਛੇ ਵੀ ਸਾਨੂੰ ਗੁਰੂ ਨੇ ਕੀ ਦਿੱਤਾ ਤੇ ਸਿੱਖ ਕਣੀਓ ਚੁੱਪ ਕਰ ਜਾਣ ਜਵਾਬ ਨਾ ਦੇਣ ਇਹ ਕਿੱਡੀ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਤੇ ਜੇ ਅਸੀਂ ਜਵਾਬ ਦੇਈਏ ਤੇ ਸਿੱਖਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਕਈ ਜਿਹੜੇ ਪੱਗਾਂ 'ਚ ਸਿਰ ਵਸਾਈ ਉਹ ਖੌਤੀ ਸਿੱਖ ਤੁਰੇ ਫਿਰਦੇ ਨੇ ਇੱਕ ਵਾਰ ਅਨੰਦਪੁਰ ਸਾਹਿਬ ਦੇ ਉੱਤੇ ਵਿਸਾਖੀ ਦਾ ਮੇਲਾ ਸੀ ਤੇ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਅਨੰਦਪੁਰ ਸਾਹਿਬ ਦੇ ਉੱਤੇ ਸਿੱਖ ਰਾਜ 'ਚੋਂ ਫੌਜਾਂ ਕਾਲੀ ਜਾਂਦੀਆਂ ਸੀ ਅਨੰਦਪੁਰ ਸਾਹਿਬ ਪ੍ਰਬੰਧ ਅੰਗਰੇਜ਼ਾਂ ਕੋਲ ਸੀ ਉੱਥੇ ਇੱਕ ਪਾਦਰੀ ਇਹਨਾਂ ਦਾ ਉੱਚੀ ਜਗ੍ਹਾ 'ਤੇ ਫੱਟਾ ਲਾ ਕੇ ਖਲੋਤਾ ਨਾਲੇ ਪੱਤੀ ਵੰਡਦਾ ਸੀ ਚਾਹ ਪੱਤੀ ਪੀਣ ਵਾਲੀ ਤੇ ਨਾਲੇ ਕਹਿੰਦਾ ਸੀ ਵੀ ਧਰਮ ਸਾਡਾ ਅਪਣਾ ਲਓ ਜੀਸੂ ਤੁਹਾਨੂੰ ਇਹ ਦੇਊਗਾ ਉਹ ਦੇਊਗਾ ਇੱਕ ਨਿਹੰਗ ਸਿੰਘ ਥੱਲੇ ਖਲੋਤਾ ਸੁਣਦਾ ਰਿਹਾ ਕਾਫੀ ਚਿਰ ਉਹਨੇ ਸੁਣਿਆ ਜਦੋਂ ਉਹਨੂੰ ਸਮਝ ਪਈ ਵੀ ਇਹ ਤੇ ਸਿੱਖੀ ਦੇ ਉਲਟ ਪ੍ਰਚਾਰ ਕਰ ਰਿਹਾ ਉਹਨੇ ਛੱਡਿਆ ਜਕਾਰਾ ਫੱਟੇ 'ਤੇ ਚੜ੍ਹ ਕੇ ਧੌਣ ਲਾ ਕੇ ਪਾਦਰੀ ਦੀ ਨੇਜੇ 'ਤੇ ਟੰਗ ਦਿੱਤੀ ਨੇਜੇ 'ਤੇ ਟੰਗ ਕੇ ਕਾਲੀ ਫੂਲਾ ਸਿੰਘ ਕੋਲ ਪਹੁੰਚ ਗਿਆ ਗੋਰੇ ਤਰ੍ਹਾਂ ਤਰ੍ਹਾਂ ਕਰਦੇ ਰਹੇ ਵੀ ਅਸੀਂ ਕਾਰਵਾਈ ਕਰਨੀ ਗ੍ਰਿਫਤਾਰੀ ਕਰਨੀ ਹੈ ਪੰਥ ਕਟਾ ਸੀ ਰਾਜ ਕੋਲ ਸੀ ਕਿਸੇ ਦੀ ਯੁਰਤ ਨਹੀਂ ਪਈ ਗੋਰਿਆਂ ਦੇ ਇਲਾਕੇ 'ਚ ਬੈਠੇ ਸੀ ਕਾਲੀ ਫੂਲਾ ਸਿੰਘ ਵੀ ਉਹਨਾਂ ਨੂੰ ਕੋਈ ਗ੍ਰਿਫਤਾਰ ਕਰ ਸਕੇ ਅੱਜ ਕੀ ਹੈ ਸਾਡੇ ਮੂੰਹ 'ਤੇ ਆਣ ਕੇ ਸਾਨੂੰ ਪੁੱਛਦੇ ਨੇ ਵੀ ਤੁਹਾਡੇ ਗੁਰੂ ਨੇ ਕੀ ਦਿੱਤਾ ਅਸੀਂ ਹੌਲੀ ਜੀ ਦੰਦ ਕੱਢ ਕੇ ਵਿਖਾ ਦਿੰਦੇ ਹਾਂ ਇਹ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਸਾਨੂੰ ਸ਼ਰਮ ਨਾਲ ਨੱਕ ਡੋਬ ਲੈਣਾ ਚਾਹੀਦਾ ਜੇ ਸਾਡੀ ਇਹ ਹਾਲਤ ਹੋ ਗਈ ਹੈ ਜਿਹੜੇ ਅਸੀਂ ਸਿੱਖ ਚਾਹਣ ਆਪਣੇ ਬੱਚੇ ਕਾਨਵੈਂਟ ਸਕੂਲਾਂ 'ਚ ਭੇਜਦੇ ਹਾਂ ਨਾ ਕਾਨਵੈਂਟ ਸਕੂਲਾਂ ਨੇ ਕੀ ਕੀਤਾ ਬਾਹਰ ਸੁਣ ਲਓ ਮਾੜਾ ਜਿਹਾ ਕਾਨਵੈਂਟ ਸਕੂਲਾਂ 'ਚ ਬੱਚਿਆਂ ਨੂੰ ਧੱਕਿਆਂ ਨਾਲ ਦਾਖਲ ਕਰਾਇਆ ਗਿਆ ਵੀ ਤੁਹਾਡੇ ਬੱਚੇ ਪੜ੍ਹਾਉਣੇ ਆ ਪੜ੍ਹਾਉਣ ਦੇ ਨਾਂ 'ਤੇ ਸਰੀਰਕ ਸ਼ੋਸ਼ਣ ਹੋਇਆ CNN ਦੀ ਰਿਪੋਰਟ ਨਸ਼ਰ ਹੋਈ ਹੈ ਇੱਕ ਇਹਨਾਂ ਦੇ ਪਾਦਰੀਆਂ ਨੇ ਚਰਚ ਦੇ ਪਾਦਰੀਆਂ ਨੇ 300,000 ਬੱਚੇ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਅੰਕਲ ਨਰੂਲਾ ਕਹਿੰਦਾ ਵੀ ਇੱਕ ਗ੍ਰੰਥੀ ਸਿੰਘ ਨੇ ਵੀ ਧੀ ਭੈਣ ਨਾਲ ਜਿਹੜੀ ਬੇਇੱਜ਼ਤੀ ਕੀਤੀ ਸੀ ਬਦਤਮੀਜ਼ੀ ਕੀਤੀ ਸੀ ਇੱਕ ਘਟਨਾ ਹੋਵੇ ਕਿਸੇ ਇੱਕ ਥਾਂ ਦੀ ਸਿੱਖ ਉਹਦਾ ਵਿਰੋਧ ਕਰਨ ਉਹੋ ਜਿਹੇ ਗ੍ਰੰਥੀ ਸਿੰਘ ਨੂੰ ਸਿੱਖ ਆਪ ਸੋਧਾ ਲਾਉਣ ਪਰ ਇੱਕ ਪਾਸੇ 300,000 ਬੱਚਿਆਂ ਨੇ ਸਾਰਾ ਕੁਝ ਦੋਵੇਂ ਘਟਨਾਵਾਂ ਕਿੱਦਾਂ ਘੋਜਣਗੀਆਂ ਇੱਕ ਪਾਸੇ ਇਹ ਨੀਤੀ ਬੰਧ ਜੁਰਮ ਹੋ ਰਿਹਾ ਜਿਹਦੇ 'ਚ ਚਰਚ ਸ਼ਾਮਿਲ ਹੈ ਚਰਚ ਦਾ ਪਾਦਰੀ ਸ਼ਾਮਿਲ ਹੈ ਦੂਜੇ ਪਾਸੇ ਇੱਕ ਗ੍ਰੰਥੀ ਸ਼ਾਮਿਲ ਹੋਊਗਾ ਇੱਕ ਘਟਨਾ ਹੋਊਗੀ ਉਹ ਵੀ ਸਿੱਖ ਵਿਰੋਧ ਕਰਨਗੇ ਇਹ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਫੀ ਨਹੀਂ ਮੰਗਣੀ ਪੈਣੀ ਸਿੱਖਾਂ ਨੇ ਸੰਸਾਰ 'ਤੇ ਕੋਈ ਐਸਾ ਪਾਪ ਨਹੀਂ ਕੀਤਾ ਜਿਹੜੀ ਸਾਨੂੰ ਸ਼ਰਮ ਆਉਂਦੀ ਹੋਵੇ ਇਹ ਮੈਨੂੰ ਕਿਹਨੇ ਦੱਸਿਆ ਵੀ ਕਾਮਰੇਡਾਂ ਦਾ ਬੜਾ ਪ੍ਰਭਾਵ ਹੈ ਜੀ ਇਲਾਕੇ ਦੇ ਵਿੱਚ ਕਾਮਰੇਡਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਜਦੋਂ ਦੇ ਤੁਹਾਡੀ ਹਸਤੀ ਹੈ ਹੋਂਦ ਹੈ ਤੁਸੀਂ ਪੰਥ ਦੇ ਨਾਲ ਮੱਥਾ ਲਾਇਆ ਤੁਸੀਂ ਪੰਥ ਦੇ ਨਾਲ ਤੁਸੀਂ ਸਾਡੇ ਨੌਜਵਾਨਾਂ ਦੇ ਮੁਕਾਬਲੇ ਬਣਾਏ ਨੇ ਟੌਟੀਆਂ ਮੁਖਬਰੀਆਂ ਕਰਕੇ ਇਹ ਤੁਸੀਂ ਵੀ ਗੱਲ ਚੇਤਾ ਰੱਖ ਲਓ ਵੀ ਤੁਹਾਡੀ ਜੜ ਪੰਜਾਬ 'ਚ ਨਹੀਂ ਲੱਗਣੀ ਇੱਥੇ ਕੇਵਲ ਪੰਜਾਬ 'ਚ ਨਾਰਾ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਤੁਸੀਂ ਅਨਾਊਂਸਮੈਂਟਾਂ ਕਰਾਉਣੀਆਂ ਹੋਣ ਆਪਣੀਆਂ ਰੈਲੀਆਂ ਵਾਸਤੇ ਗੁਰੂ ਘਰ ਆਉਂਦੇ ਜੋ ਲੰਗਰ ਛਕਣੇ ਹੋਣ ਗੁਰੂ ਘਰ ਆਉਂਦੇ ਜੋ ਪਰ ਜੇ ਕੋਈ ਸਿੱਖ ਜਕਾਰਾ ਲਾ ਦੇਣ ਫਿਰ ਤੁਹਾਨੂੰ ਤੰਗੀ ਹੋ ਜਾਂਦੀ ਹੈ ਫਿਰ ਤੁਹਾਨੂੰ ਐਂ ਲੱਗਦਾ ਵੀ ਇੱਥੇ ਜਕਾਰਾ ਲੱਗਣਾ ਚਾਹੀਦਾ ਪੰਜਾਬ ਦੀ ਧਰਤੀ 'ਤੇ ਕੋਈ ਇਨਕਲਾਬ ਜਿੰਦਾਬਾਦ ਨਹੀਂ ਹੋਣਾ ਪੰਜਾਬ ਦੀ ਧਰਤੀ 'ਤੇ ਇੱਕੋ ਹੀ ਜਕਾਰਾ ਲੱਗਣਾ ਹੈ ਉਹ ਜਕਾਰਾ ਭਾਉਣ ਲਾਉਣਾ ਹੈ ਬੋਲੇ ਸੋ ਨਿਹਾਲ ਇਹੋ ਹੀ ਜਕਾਰਾ ਜੇ ਤੋਂ ਦੁਨੀਆਂ ਦੀਆਂ ਹਕੂਮਤਾਂ ਥਰ ਥਰ ਕੰਬਦੀਆਂ ਨੇ ਆਹ ਬਾਰਡਰ ਦੇ ਇਨਕਲਾਬ ਜਿੰਦਾਬਾਦ ਕਰਦਾ ਸੁਣਿਆ ਕਿਸੇ ਨੂੰ ਤੇ ਅਗਲੇ ਨੱਪ ਲੈਂਦੇ ਨੇ ਸਿਰੀ ਆਣ ਕੇ 5 ਮਿੰਟ 'ਚ ਕੋਈ ਇਨਕਲਾਬ ਜਿੰਦਾਬਾਦ ਕਰੇ ਉੱਥੇ ਜਦੋਂ ਜਕਾਰਾ ਲੱਗਦਾ ਚੀਨ ਦੀਆਂ ਫੌਜਾਂ ਨੂੰ ਕੰਬਣੀ ਛੱਡ ਜਾਂਦੀ ਪਾਕਿਸਤਾਨ ਦੀਆਂ ਫੌਜਾਂ ਨੂੰ ਸੋ ਇਸ ਕਰਕੇ ਤੁਸੀਂ ਇਹ ਜਕਾਰਾ ਨਹੀਂ ਛੱਡਣਾ ਜੇ ਕੋਈ ਬੰਦਾ ਕਹਿੰਦਾ ਵੀ ਇੱਥੇ ਜਕਾਰਾ ਨੂੰ ਲਾਓ ਉਹਨੂੰ ਕਹੇ ਵੀ ਤਿੱਤਰ ਹੋ ਜਾ ਇੱਥੋਂ ਉਹਨੂੰ ਗੁਰੂ ਘਰ 'ਚ ਨਾ ਬਣ ਦਿਓ ਉਸ ਡੇਰੇਦਾਰ ਨੇ ਜਿਹਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਸਾਬਤ ਹੋ ਗਏ ਉਸ ਡੇਰੇ ਨਾਲ ਮੌੜ ਜਿਹੜਾ ਬੰਬ ਧਮਾਕਾ ਹੋਇਆ ਇਹਦੀਆਂ ਤਾਰਾਂ ਜੁੜੀਆਂ ਨੇ ਉਹਦੇ ਵਿੱਚ ਸਾਬਤ ਹੋ ਗਿਆ ਵੀ ਬੰਬ ਉੱਥੇ ਬਣਿਆ ਸੀ ਕਾਰ ਉੱਥੋਂ ਦੀ ਵਰਤੀ ਗਈ ਹੈ ਉਸ ਬੰਦੇ ਨੂੰ 40-40 ਦਿਨ ਦੀ ਪਰੋਲ ਮਿਲਦੀ ਹੈ ਅਤੇ ਜਿਹੜੇ ਸਿੱਖ ਬੰਦੀ ਸਿੰਘ ਨੇ ਜਿਹੜੇ 30-30 ਸਾਲਾਂ 'ਚ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਨਹੀਂ ਮਿਲਦੀ ਚਾਹੇ ਉਹਨਾਂ ਦੀ ਮਾਂ ਮਰ ਜਾਵੇ ਉਹਦੇ ਸੰਸਕਾਰ ਦੇ ਉੱਤੇ ਆਉਣ ਦੀ ਇਜਾਜ਼ਤ ਨਹੀਂ ਦਿੰਦੇ ਸੋ ਗੁਲਾਮੀ ਦੀ ਹੋਰ ਕੀ ਨਿਸ਼ਾਨੀ ਹੋ ਸਕਦੀ ਇੱਦਾਂ ਤਾਂ ਨਹੀਂ ਹੋ ਸਕਦਾ ਜਵਾਨੋ ਵੀ ਧਾਲੀ ਸਵੇਰੇ ਉੱਠੋ ਅਤੇ ਹਕੂਮਤ ਦਾ ਕੋਈ ਬੰਦਾ ਉਹ ਮੂੰਹ 'ਤੇ ਤੁਹਾਡੇ 'ਤੇ ਚਪੇੜਾਂ ਮਾਰ ਕੇ ਨੰਗੇ ਵੀ ਤੁਹਾਨੂੰ ਅਹਿਸਾਸ ਕਰਾਵੇ ਤੁਸੀਂ ਗੁਲਾਮ ਜੋ ਗੁਲਾਮੀ ਦੀਆਂ ਇਹੋ ਨਿਸ਼ਾਨੀਆਂ ਵੀ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਜਿਨ੍ਹਾਂ ਲੋਕਾਂ ਨੇ ਕੀਤੀ ਉਹਨਾਂ ਨੂੰ ਅਹੁਦੇ ਮਿਲੇ ਨੇ ਅਤੇ ਜਿਨ੍ਹਾਂ ਨੇ ਇਨਸਾਫ ਕੀਤਾ ਉਹਨਾਂ ਨੂੰ ਫਾਂਸੀਆਂ ਦੇ ਰੱਸੇ ਮਿਲੇ ਨੇ ਅਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਉਹਨਾਂ ਨੂੰ ਅਹੁਦੇ ਮਿਲੇ ਨੇ ਜਿਨ੍ਹਾਂ ਨੂੰ ਸੋਧਿਆ ਉਹ ਨੌਜਵਾਨ ਅਜੇ ਵੀ ਜੇਲ੍ਹਾਂ 'ਚ ਬੈਠੇ ਨੇ ਜਿਹੜਾ ਸਰਸੇ ਵਾਲਾ ਠਾਦ ਹੈ ਜਿਹਦੇ 'ਤੇ ਇਲਜ਼ਾਮ ਹੈ
उन्हें गुरु साहब की बेअदबी कराई है, वह डेरेदारा इल्जाम लगे ने, इल्जाम साबित होए ने। उस डेरेदारा एक गुरदेव नाँ का बंदा जो दुकानदार से गुरु घर के सामने, जिन्हें रेकी की, रेकी करके दस्या भी कदों ग्रंथी सिंह बाहर जाता है उदों जाके सरूप चोरी कर लो। उस बंदे का सोता लाया तीन नौजवानों ने, दिनों में एक नौजवान हिंदू से। हुण तुसीं हैरानगी वेखो कि जिहड़े बंदे ने साडे गुरु की बेअदबी की होवे, उसके घरवाली नूं सरकारी नौकरी मिलती है पुलिस की। जिहड़ा बंदा गुरु की बेअदबी करता है उहनूं जे ते उह सिख नूं जिउंदा छड्ड दिंदे ने उहनूं जमानत मिलती है, ते नाल हकूमत उहनूं गनमैन सिक्योरिटी गार्ड दिंदी है। जिहड़े बंदे नूं सिख सोधा ला देण, हुकूमत उहदे परिवार चों किसे ना किसे नूं नौकरी दिंदी है। सो इहदा अर्थ इह है कि हुकूमत आप बेअदबी करा रही है। सो इस करके ये गुलामी की बड़ी प्रतख निशानी है, ये गुलामी की निशानी है। तो जे साडा राज होवे, जे साडा अपना राज होवे, ते बेअदबी करन दी युद्ध कौन करूगा।